ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ, ਤੁਸੀਂ ਸੁਣ ਰਹੇ ਹੋ ਨੁਕਤਾ ਨਜ਼ਰ ਹਰਮੇਲਪ੍ਰੀਤ ਦੇ ਨਾਲ, ਅਤੇ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ 'ਚ ਕਰਾਂਗੇ ਖਬਰਾਂ ਦੇ ਉੱਤੇ ਚਰਚਾ। ਮੇਰੇ ਨਾਲ ਪ੍ਰੋਗਰਾਮ 'ਚ ਸੁਰਿੰਦਰ ਮਚਾਕੀ ਸ਼ਾਮਿਲ ਨੇ। ਮਚਾਕੀ ਸਾਹਿਬ ਜੀ ਆਇਆਂ ਨੂੰ ਜੀ। ਸ਼ੁਕਰੀਆ ਹਰਮੇਲ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬਰ ਜੀ। ਜੀ ਮਚਾਕੀ ਸਾਹਿਬ, ਅਗਲੀ ਖਬਰ ਕਾਫੀ ਦਿਲਚਸਪ ਵੀ ਹੈ ਔਰ ਕਈ ਲੋਕਾਂ ਨੂੰ ਆਹਤ ਵੀ ਕੀਤਾ ਇਸ ਖਬਰ ਨੇ। ਹਨੂੰਮਾਨ ਦੇ ਬਾਰੇ 'ਚ ਕਾਫੀ ਕੁਛ ਪਿਛਲੇ ਦਿਨਾਂ 'ਚ ਕਿਹਾ ਗਿਆ ਔਰ ਜੋ ਯੂਪੀ ਦੇ ਮੁੱਖ ਮੰਤਰੀ ਯੋਗੀ ਸਾਹਿਬ ਨੇ ਉੱਥੋਂ ਸ਼ੁਰੂ ਹੋਇਆ, ਫਿਰ ਹੋਰ ਕਈ ਲੋਕਾਂ ਨੇ ਵੀ ਆਪਣਾ ਆਪਣਾ ਭੂਮਿਕਾ ਵਿੱਚ ਨਿਭਾ ਤੀ। ਉਸ ਤੋਂ ਬਾਅਦ ਹੁਣ ਤਾਂ ਮਾਮਲਾ ਇੱਕ ਮੰਦਰ ਦੇ ਉੱਤੇ ਕਬਜ਼ੇ ਤੱਕ ਵੀ ਪਹੁੰਚ ਗਿਆ। ਸੋ ਕੁੱਲ ਮਿਲਾ ਕੇ ਇਹ ਹੁਣ ਨਵੀਂ ਤਰ੍ਹਾਂ ਦੀ ਰਾਜਨੀਤੀ ਕਿਸ ਤਰ੍ਹਾਂ ਕਿਸ ਪਾਸੇ ਨੂੰ ਜਾ ਰਹੀ ਹੈ? ਆਪਾਂ ਪਹਿਲਾਂ ਜਿਵੇਂ ਚਰਚਾ ਕਰ ਚੁੱਕੇ ਹਰਮੇਲ ਜੀ, ਕਿ ਵੋਟ ਰਾਜਨੀਤੀ ਕੀ ਕੁਛ ਕਰਵਾ ਰਹੀ ਹੈ ਜੀ। ਜੇ ਆਪਾਂ ਦੇਖੀਏ ਹੁਣ ਮਾਨਗੜ੍ਹ ਦੇ ਵਿੱਚ ਸਿੱਖ ਮਾਨਸਤਾ ਨੂੰ ਟੁੰਬਣ ਵਾਸਤੇ, ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕਰਤਾਰਪੁਰ ਲਾਂਘੇ ਨੂੰ ਮੁੱਦਾ ਬਣਾਇਆ ਗਿਆ, ਤਾਂ ਹੁਣ ਰਾਮ ਮੰਦਿਰ ਦਾ ਮੁੱਦਾ ਵੀ ਉਭਾਰਿਆ ਗਿਆ ਜੀ। ਇਸੇ ਤਰ੍ਹਾਂ ਹੁਣ ਕਿਉਂਕਿ ਧਰਮ ਦਾ ਜਿਹੜਾ ਮੁੱਦਾ, ਆਸਥਾ ਦਾ ਮੁੱਦਾ ਜੀ, ਉਹ ਅੱਜ ਵੀ ਬੜਾ ਸੰਵੇਦਨਸ਼ੀਲ ਮੁੱਦਾ ਔਰ ਭਾਵਕ ਕਰਨ ਵਾਲਾ ਮੁੱਦਾ ਹੈਗਾ ਜੀ। ਮੁੱਖ ਮੰਤਰੀ ਜਿਹੜੇ ਯੂਪੀ ਦੇ ਬੜੇ ਵਿਚਿੱਤਰ ਆਦਮੀ ਨੇ ਔਰ ਬਹੁਤ ਆਪਣੀਆਂ ਗੱਲਾਂ ਕਰਕੇ, ਬਹੁਤ ਕੰਮਾਂ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਜੀ। ਚਰਚਾ ਜੋ ਇਸ ਕਰਕੇ ਨਹੀਂ ਰਹਿੰਦੇ ਕਿ ਉਹ ਡਿਵੈਲਪਮੈਂਟ ਕਰਕੇ ਰਹਿੰਦੇ ਨੇ, ਉਹ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਨੇ ਜਿਨ੍ਹਾਂ ਦੀ ਪੁਸ਼ਟੀ ਹੋਣੀ ਸੰਭਵ ਨਹੀਂ ਹੁੰਦੀ ਜੀ, ਨਾ ਹੀ ਪੁਸ਼ਟੀ ਕੀਤੀ ਜਾ ਸਕਦੀ ਹੈ। ਹੁਣ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਹਨੂੰਮਾਨ ਸੀ ਉਹ ਦਲਿਤ ਸੀ। ਇਸ ਗੱਲ ਦਾ ਬਹੁਤਾ ਕੋਈ ਫਰਕ ਨਹੀਂ ਪੈਂਦਾ ਉਹ ਦਲਿਤ ਸੀ ਜਾਂ ਨਹੀਂ ਸੀ ਜੀ ਜੀ, ਪਰ ਇਹ ਲੋੜ ਕਿਉਂ ਪਈ ਕਹਿਣ ਦੀ? ਕਿਉਂਕਿ ਲੋੜ ਉਹਨਾਂ ਨੇ ਹੁਣ ਜਿਹੜਾ ਮੁੱਦਾ ਇਸ ਗੱਲ ਦਾ ਕਿ ਉਹਨਾਂ ਨੇ ਮੁੱਦਾ ਹੁਣ ਉਠਾਇਆ ਕਿਉਂ, ਕਿਉਂਕਿ ਉਹ ਜਿਸ ਇਲਾਕੇ 'ਚ ਬੋਲ ਰਹੇ ਸੀ ਉੱਥੇ ਦਲਿਤਾਂ ਦੀ ਵਸੋਂ ਬਹੁਤ ਜ਼ਿਆਦਾ ਹੈ ਜੀ। ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਉਹਨਾਂ ਨੇ ਦਲਿਤਾਂ ਦਾ ਪੱਤਾ ਖੇਡਿਆ, ਪਰ ਉਹ ਪੱਤਾ ਮੈਨੂੰ ਲੱਗ ਰਿਹਾ ਕਿ ਹੁਣ ਪੁੱਠਾ ਪੈਂਦਾ ਨਜ਼ਰ ਆ ਰਿਹਾ ਜੀ। ਸਵਿਤਰੀ ਬਾਈ ਫੁੱਲੋ ਜੀ ਭਾਜਪਾ ਦੀ ਮੈਂਬਰ ਪਾਰਲੀਮੈਂਟ ਹੈ ਔਰ ਉਹ ਮੈਂਬਰ ਪਾਰਲੀਮੈਂਟ ਹੈਗੀ ਹੈ ਜਿਹੜੀ ਪਛੜੀ ਹੋਈਆਂ ਸ਼੍ਰੇਣੀਆਂ ਨਾਲ ਸੰਬੰਧਿਤ ਰੱਖਦੀ ਹੈ ਜੀ। ਜੇ ਥੋੜ੍ਹਾ ਜਿਹਾ ਪਿਛੋਕੜ ਵੱਲ ਜਾਈਏ ਤਾਂ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਖਫਾ ਹੋ ਕੇ ਜਿਹੜੇ ਯੂਪੀ ਦੇ ਮੈਂਬਰ ਪਾਰਲੀਮੈਂਟ ਨੇ ਪ੍ਰਧਾਨ ਮੰਤਰੀ ਨੂੰ ਅਤੇ ਜਿਹੜਾ ਪ੍ਰਧਾਨ ਅਮਿਤ ਸ਼ਾਹ ਉਹਨਾਂ ਨੂੰ ਚਿੱਠੀ ਲਿਖੀ ਸੀ ਜੀ, ਉਹਨਾਂ ਵਿੱਚ ਇਹ ਬੀਬੀ ਸੁਮਿਤਰਾ ਬਾਈ ਫੁੱਲੋ ਦਾ ਵੀ ਜ਼ਿਕਰ ਆਉਂਦਾ। ਖਾਸ ਕਰਕੇ ਜਦੋਂ ST ST ਦਾ ਮਾਮਲਾ ਉੱਠਿਆ ਉਦੋਂ ਵੀ ਸੁਮਿਤਰੀ ਫੁੱਲੋ ਨੇ ਭਾਜਪਾ ਦੀ ਜਿਹੜੀ ਨੀਤੀ ਤੋਂ ਵਖਰੇਵੇਂ ਦਾ ਰਾਹ ਚੁਣਦੇ ਆ। ਬਿਲਕੁਲ, ਮਜਾਕੀ ਸਾਹਿਬ, ਕਦੇ ਕਦੇ ਤਾਂ ਬੰਦੇ ਨੂੰ ਦੁਬਾਰਾ ਹੀ ਖਬਰ ਪੜ੍ਹਨੀ ਪੈਂਦੀ ਹੈ ਕਿ ਸਹੀ ਪੜ੍ਹ ਰਹੇ ਅਸੀਂ ਕਿ ਬੀਜੇਪੀ ਦੇ ਹੀ ਨੇਤਾ ਨੇ, ਬਾਅਦ ਦਫ਼ਾ ਤਾਂ ਲੱਗਦਾ ਕਿ ਉਹਨਾਂ ਦਾ ਕੁਛ ਵੀ ਨਹੀਂ ਮਿਲਦਾ ਜੁਲਦਾ। ਬਿਲਕੁਲ, ਜੋ ਕਾਫੀ ਪਹਿਲਾਂ ਉਹਨਾਂ ਨੇ ਮਾਮਲਾ ਉਠਾਇਆ ਸੀ ਜੀ, ਅੱਜ ਉਸੇ ਜਿਹੜੀ ਸੁਮਿਤਰੀ ਬਾਈ ਬੀਬੀ ਨੇ ਜੀ ਉਹਨੇ ਕਿਹਾ ਕਿ ਹਨੂੰਮਾਨ ਠੀਕ ਹੈ ਦਲਿਤ ਸੀ, ਔਰ ਨਾਲ ਹੀ ਉਹਨੇ ਕਿਹਾ ਕਿ ਜਿਹੜੇ ਜਿਹੜੇ ਸ਼੍ਰੀ ਰਾਮ ਚੰਦਰ ਸੀ ਜਾਂ ਉਹ ਸਾਰੇ ਸੀ ਉਹ ਮਨੂਵਾਦੀ ਸੀ ਜੀ, ਤੇ ਇਹ ਦਲਿਤ ਉਹਨਾਂ ਦੇ ਸੇਵਕ ਸੀ। ਕਿਉਂਕਿ ਜੇ ਥੋੜ੍ਹਾ ਜਿਹਾ ਦੇਖੀਏ ਦਲਿਤ ਪਛੜੀਆਂ ਸ਼੍ਰੇਣੀ ਜੋ ਮਨੂਵਾਦੀ ਵਰਨ ਵੰਡ ਹੈ ਉਹਦੇ ਵਿੱਚ ਦਲਿਤਾਂ ਦੇ ਇੱਕ ਸੇਵਾ ਕਰਨ ਦਾ ਕੰਮ ਸੌਂਪਿਆ ਗਿਆ ਜੀ। ਤੇ ਹਨੂੰਮਾਨ ਇੱਕ ਰਾਮ ਭਗਤ ਸੀ, ਇੱਕ ਉਹਨਾਂ ਦੇ ਸੇਵਕ ਸੀ, ਔਰ ਉਹਨਾਂ ਕਿਹਾ ਕਿ ਦੇਖੋ ਕਿੰਨੀ ਉਹਨਾਂ ਨੇ ਸੇਵਾ ਕੀਤੀ ਜੀ, ਸੇਵਾ ਦਾ ਸਿਲਾ ਕੀ ਮਿਲਿਆ, ਉਹਨੂੰ ਮਨੁੱਖ ਨਹੀਂ ਰਹਿਣ ਦਿੱਤਾ ਜੀ, ਮਨੁੱਖ ਦੇ ਇੱਕ ਬਾਂਦਰ ਬਣਾ ਤਾ, ਉਹਦੀ ਪੂਛ ਲਮਕਾ ਤੀ, ਉਹਦਾ ਨਿਰਾਦਰ ਹੈ। ਜੋ ਉਹਨਾਂ ਨੇ ਰਾਮ ਲਈ ਕੀਤਾ ਉਹਦਾ ਯੋਗ ਮੁੱਲ ਨਹੀਂ ਪਾਇਆ ਗਿਆ ਜੀ, ਤੇ ਇਹਨੂੰ ਉਹਨਾਂ ਨੇ ਬੜਾ ਮਤਲਬ ਮੁੱਦੇ ਦੇ ਰੂਪ ਦੇ ਵਿੱਚ ਪੇਸ਼ ਕਰਕੇ ਆਪਣੇ ਰੰਗ ਨਾਲ ਪੇਸ਼ ਕੀਤਾ ਔਰ ਦਲਿਤਾਂ ਨਾਲ ਇੱਕ ਵਿਤਕਰਾ ਜਾਂ ਦਲਿਤ ਸ਼ੋਸ਼ਣ ਦੀ ਮਿਸਾਲ ਬਣਾ ਕੇ ਪੇਸ਼ ਕੀਤਾ ਜੀ ਜੀ। ਬੜਾ ਇਤਿਹਾਸ ਦੇ ਖੋਜ ਦਾ ਵਿਸ਼ਾ ਹੈ,
ਕਿਉਂਕਿ ਇਤਿਹਾਸ ਦੇ ਖੋਜ ਦਾ ਵਿਸ਼ਾ ਇਹ ਵੀ ਹੈ ਕਿ ਜਿਹੜੇ ਭਾਰਤ ਦੇ ਮੂਲ ਵਾਸੀ ਕੌਣ ਸੀ ਜੀ, ਕੀ ਆਰੀਅਨ ਸੀ ਜਿਹਨਾਂ ਬਾਰੇ ਦਾਅਵਾ ਕੀਤਾ ਜਾ ਰਿਹਾ, ਔਰ ਜਿਹੜੇ ਇਸ ਵੇਲੇ ਮੁਲਕ ਦੇ ਸਾਰੇ ਉੱਤੇ ਹਾਵੀ ਨੇ ਜੀ, ਜਾਂ ਫਿਰ ਦਰਾਵੜ ਨੇ ਜਿਹਨਾਂ ਨੂੰ ਜਿਹੜਾ ਹੈਗਾ ਆਰੀਅਨ ਨੇ ਆਪਣੇ ਸੈਨਿਕ ਬਲ ਦੇ ਹੇਠਾਂ ਜੀ ਧੱਕ ਕੇ ਦੱਖਣ ਦੇ ਵਿੱਚ ਭੇਜ, ਦੱਖਣ ਤੱਕ ਸੀਮਿਤ ਕਰ ਦਿੱਤਾ। ਔਰ ਰਮਾਇਣ ਦਾ ਕੀ ਇਤਿਹਾਸਿਕ ਦਸਤਾਵੇਜ਼ ਗ੍ਰੰਥ ਜੀ ਜਾਂ ਇੱਕ ਫਰਿਕਸ਼ਨ ਹੈਗੀ ਹੈ, ਇਹਦੇ ਬਾਰੇ ਵੀ ਬਹੁਤ ਸਾਰੇ ਖੋਜ ਦਾ ਵਿਸ਼ਾ ਹੈਗਾ। ਦੂਜੇ ਪਾਸੇ ਰਮਾਇਣ ਬਾਰੇ ਵੀ ਬਹੁਤ ਚਰਚਾ ਨੇ ਕਿ ਰਮਾਇਣ ਇੱਕ ਨੀ, ਬਹੁਤ ਸਾਰੀਆਂ ਰਮਾਇਣ ਦੇ ਜਿਹੜੇ ਗ੍ਰੰਥ ਮਿਲ ਰਹੇ ਨੇ ਜੀ ਜੀ, ਉਹਨਾਂ ਵਿੱਚੋਂ ਪ੍ਰਮਾਣਿਕ ਕਿਹੜੇ ਨੇ, ਇਹਦੇ ਬਾਰੇ ਵੀ ਵੱਡਾ ਸਵਾਲ ਹੈ। ਤੇ ਇਹਨੂੰ ਇਤਿਹਾਸਿਕ ਨਾਲੋਂ ਮਿਥਿਹਾਸਿਕ ਕਥਾ ਵੀ ਮੰਨਿਆ ਜਾਂਦਾ ਜੀ, ਪਰ ਕੁਝ ਵੀ ਹੋਵੇ ਇਹ ਇੱਕ ਧਾਰਮਿਕ ਆਸਥਾ ਦਾ ਜਿਹੜਾ ਮੁੱਦਾ ਰਮਾਇਣ ਬਣੀ ਹੋਈ ਆ ਲੋਕਾਂ ਦੇ ਵਿੱਚ, ਹਿੰਦੂ ਕਮਿਊਨਿਟੀ ਦੇ ਵਿੱਚ ਇਹਦਾ ਵਿਸ਼ੇਸ਼ ਥਾਂ ਹੈਗਾ ਜੀ। ਤੇ ਜਿਹੜੇ ਇਹਦੇ ਵਿੱਚ ਪਾਤਰ ਨੇ ਸ਼੍ਰੀ ਰਾਮ ਤੋਂ ਲੈ ਕੇ ਸਾਰੇ ਜੀ, ਉਹਨਾਂ ਨੂੰ ਇੱਕ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ। ਜਿਹੜਾ ਹੁਣ ਦੂਜੇ ਪਾਸੇ ਜਿਹੜੇ ਰਾਵਣ ਹੈ ਜੀ, ਰਾਵਣ ਬਾਰੇ ਵੀ ਇੱਕ ਵਿਸ਼ੇਸ਼ ਕਮਿਊਨਿਟੀ ਦੇ ਵਿੱਚ ਆਦਰ ਭਾਵ ਹੈ, ਔਰ ਉਹਨੂੰ ਦਰਾਵੜ ਤੇ ਆਰੀਅਨ ਦੇ ਵਿੱਚ ਜਿਹੜਾ ਉਸ ਵੇਲੇ ਦਾ ਕਨਫਲਿਕਟ ਸੀ ਉਹਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਰਾਵਣ ਨੂੰ ਇੱਕ ਵਿਕਟਮ ਦੇ ਰੂਪ ਵਿੱਚ ਮੰਨਿਆ ਜਾਂਦਾ ਜੀ। ਔਰ ਇਹੋ ਕਾਰਨ ਹੈ ਕਿ ਦੁਸਹਿਰੇ ਦੇ ਵਿੱਚ ਜਦੋਂ ਰਾਵਣ ਦੇ ਬੁੱਤ ਸਾੜੇ ਜਾਂਦੇ ਆ ਪੰਜਾਬ ਦੇ ਸਮੇਂ ਦੱਖਣ ਦੇ ਵਿੱਚ ਔਰ ਕੁਝ ਹਿੱਸੇ ਪੰਜਾਬ ਦੇ ਵਿੱਚ ਵੀ ਇਹ ਮੰਗ ਉੱਠੀ ਕਿ ਜਿਹੜਾ ਰਾਵਣ ਹੈ ਉਹਨੂੰ ਨਹੀਂ ਸਾੜਿਆ ਜਾਣਾ ਚਾਹੀਦਾ, ਉਹ ਗਿਆਨ ਵੇਤਾ ਸੀ ਔਰ ਉਹਨਾਂ ਦੀ ਕਮਿਊਨਿਟੀ ਦਾ ਇੱਕ ਭਾਈਵਾਲ ਸੀ। ਕਈ ਥਾਵਾਂ ਤੇ ਇਹ ਵੀ ਚਰਚਾ ਹੋਇਆ ਕਿ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਆਹਤ ਪਹੁੰਚਾਉਣ ਦੇ ਦੋਸ਼ ਦੇ ਵਿੱਚ ਜਿਹਨਾਂ ਮੁਕੱਦਮੇ ਵੀ ਦਰਜ ਕਰਾਏ ਗਏ ਕਿ ਜਿਹੜੇ ਰਾਵਣ ਦੇ ਬੁੱਤ ਸਾੜੇ ਗਏ ਉਹਨਾਂ ਦੀ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ। ਖੈਰ ਇਹ ਮਾਮਲਾ ਹੁਣ ਜਿਹੜਾ ਇਤਿਹਾਸ ਦੇ ਖੋਜੀਆਂ ਦਾ ਵਿਸ਼ਾ ਔਰ ਰਾਜਨੀਤੀ ਨੂੰ ਰਾਜਨੀਤੀ ਵਾਂਗ ਨੂੰ ਇਹ ਮਾਮਲਾ ਨਹੀਂ ਉਠਾਉਣਾ ਚਾਹੀਦਾ ਸੀ, ਪਰ ਕਿਉਂਕਿ ਰਾਜਨੀਤੀ ਹਮੇਸ਼ਾ ਧਰਮ ਤੇ ਆਪਣੇ ਗਰਜਾਂ ਲਈ ਵਰਤਦੀ ਆ ਰਹੀ ਹੈ ਔਰ ਧਾਰਮਿਕ ਜਜ਼ਬਾਤਾਂ ਨੂੰ ਵਰਤਣ ਦਾ ਆਪਣਾ ਹੱਕ ਸਮਝਦੀ ਹੈ, ਔਰ ਇਹੋ ਕਾਰਨ ਹੈ ਕਿ ਇਹ ਮਾਮਲਾ ਹੁਣ ਚੋਣਾਂ ਦੇ ਦਰਮਿਆਨ ਉਠਾਇਆ ਗਿਆ। ਔਰ ਇਹਦਾ ਸਾਈਡ ਇਫੈਕਟ ਇਹ ਹੋਇਆ ਕਿ ਮੁਜ਼ੱਫਰਨਗਰ ਦੇ ਵਿੱਚ ਭੀਮ ਆਰਮੀ ਨੇ ਇੱਕ ਮੰਦਿਰ ਹੈ ਜਿਹੜਾ ਉੱਥੇ ਕਬਜ਼ਾ ਕਰ ਲਿਆ, ਔਰ ਕਬਜ਼ਾ ਕਰਕੇ ਉਹਨਾਂ ਨੇ ਜਿਹੜਾ ਉੱਥੋਂ ਦਾ ਪੁਜਾਰੀ ਸੀ ਉਹਨੂੰ ਬਾਹਰ ਕੱਢਤਾ, ਦੀਪਕ ਗੰਭੀਰ ਨਾਂ ਦਾ ਜਿਹੜਾ ਵਿਅਕਤੀ ਸੀ ਉਹਨਾਂ ਦਾ ਮੁਖੀ ਉਹਨੂੰ ਗੱਦੀ ਤੇ ਬਿਠਾ ਦਿੱਤਾ। ਬੇਸ਼ੱਕ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਬਾਅਦ ਦੇ ਵਿੱਚ ਰਿਹਾ ਵੀ ਕਰ ਦਿੱਤਾ ਗਿਆ। ਮੈਂ ਸਮਝਦਾ ਕਿ ਇਹ ਜਿਹੜਾ ਮਾਮਲਾ ਉਠਾਇਆ ਜਾਣਾ ਧਾਰਮਿਕ ਤੌਰ ਦੇ ਉੱਤੇ ਜੋ ਸਮਾਜਿਕ ਏਕਤਾ ਹੈ ਉਹਨੂੰ ਤੋੜਨ ਦਾ ਇੱਕ ਕਾਰਨ ਬਣਿਆ ਜੀ, ਔਰ ਇਹਦੇ ਜਿਹੜੇ ਨਤੀਜੇ ਨੇ ਬੜੇ ਦੂਰ ਸਿੱਟੇ ਹੋ ਸਕਦੇ ਜਿਹੜੇ ਬਹੁਤ ਲੰਬੇ ਸਮੇਂ ਤੱਕ ਭੁਗਤਣੇ ਪੈਣਗੇ। ਤੇ ਕਿਉਂਕਿ ਦੂਜੇ ਪਾਸੇ ਆਉਂਦੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਤੁਹਾਨੂੰ ਧਰਮ ਨਿਰਪੱਖਤਾ ਦਾ ਜਿਹੜਾ ਕਰੈਕਟਰ ਦਿੰਦਾ, ਰਾਜਨੀਤਿਕ ਪਾਰਟੀਆਂ ਸੰਵਿਧਾਨ ਦੇ ਸਹੁੰ ਚੁੱਕਦੀਆਂ ਨੇ ਜਦੋਂ ਨੋਮੀਨੇਸ਼ਨ ਭਰਦੀਆਂ ਨੇ, ਪਰ ਇਹ ਵਾਰ ਵਾਰ ਜਦੋਂ ਇਹ ਧਾਰਮਿਕ ਮੁੱਦੇ ਉਠਾਉਂਦੀਆਂ ਨੇ ਸਹੁੰ ਤਾਂ ਭੰਗ ਕਰਦੀਆਂ ਨੇ, ਇਹ ਲੋਕਾਂ ਨਾਲ ਵੀ ਬੇਵਫਾਈ ਕਰਦੀਆਂ ਨੇ, ਔਰ ਧਰਮ ਸੰਵੇਦਨਸ਼ੀਲ ਮੁੱਦਾ, ਇਹਨੂੰ ਸੰਵੇਦਨਸ਼ੀਲ ਮੁੱਦੇ ਨੂੰ ਲੋਕਾਂ ਤੱਕ ਸੀਮਿਤ ਰਹਿਣ ਦੇਣਾ ਚਾਹੀਦਾ, ਇਹੋ ਜਿਹੇ ਮਾਮਲਿਆਂ ਵਿੱਚ ਇਹਨੂੰ ਨਹੀਂ ਉਠਾਉਣਾ ਚਾਹੀਦਾ। ਜੀ ਜੀ,